सत श्रीकाल जी, स्काई न्यूज़ पंजाब देख रहे तमाम दर्शकों का मैं रिंपल गोलन स्वागत करता हाँ जी। जिवें कि मोदी सरकार वालों अड़ियल रवैया जिहड़ा अपनाया जा रहा है, 9 महीने तो ज़्यादा हो गए ने किसानों नूं दिल्ली धरने ते बैठा होया, लेकिन भाजपा सरकार मोदी सरकार जिहड़ी आ झुकण नूं तैयार नहीं आ। किसानों वालों जिसनों देखते हैं, किसानों वालों एक वड्डे पद्धर से जी अमरकोट दाणा मंडी के रैली की जा रही है। रैली दीआं तस्वीरां तुहानूं कैमरामैन जी कहांगे भी तुहानूं जिहड़ियां दिखा दित्तियां जाण भी किस तरह रैली जिहड़ी आ भरी जा रही है, जिस विच लखा सिधाणा जी, गुरनाम चडूनी जी अते होर उगे कलाकार जिवें कंवर गरेवाल वगैरह पहुँच रहे ने। तो सो पुलिस भी जिहड़े आ, पुलिस वालों भी जिहड़े पुख्ता प्रबंध जिहड़े आ उह रैली नूं लै के कीते गए ने। सो अज असीं दाणा मंडी अमरकोट विखे पुजे हाँ, गलबात करन दी कोशिश जिहड़ी आ उह करांगे इत्थे। सो गलबात करदे किसान आगू साडे नाल मौजूद ने, किसान मौजूद ने वीर जी, अज जिहड़ी रैली आ रैली दे विच पहुंचे जो की मोटिव है? हाँ जी, रैली दे विच तुसीं पहुंचे जो? ਅਸੀਂ ਵਿਰੋਧ ਕਰਨ ਵਾਸਤੇ ਪਹੁੰਚੇ ਜੀ। ਕਿਹਦਾ ਵਿਰੋਧ ਕਰ ਰਹੇ ਜੀ? ਅਕਾਲੀ ਪਾਰਟੀ ਦਾ, ਕਾਂਗਰਸ ਦਾ, ਆਮ ਵਾਲਿਆਂ ਦਾ, ਸਾਰਿਆਂ ਦਾ ਵਿਰੋਧ ਕਰਨ ਵਾਸਤੇ। ਕਿਸਾਨਾਂ ਨੂੰ 9 ਮਹੀਨੇ ਹੋ ਗਿਆ ਦਿੱਲੀ ਦੇ ਛਾਤੀ ਦੇ ਉੱਤੇ ਬੈਠੇ ਆ, ਲੇਕਿਨ ਭਾਜਪਾ ਸਰਕਾਰ ਮੋਦੀ ਸਰਕਾਰ ਝੁਕਣ ਨੂੰ ਤਿਆਰ ਨਹੀਂ ਹੈ, ਕਿਸ ਤਰ੍ਹਾਂ ਦੇਖਦੇ ਜੋ? ਅਸੀਂ ਬਿਲਕੁਲ ਝੁਕਾ ਕੇ ਰਵਾਂਗੇ ਉਹਨਾਂ ਨੂੰ, ਜਿੰਨਾ ਚਿਰ ਸਾਡੇ 'ਚ ਦਮ ਆ ਉਹਨਾਂ ਚਿਰ ਅਸੀਂ ਉਹਨਾਂ ਨੂੰ ਝੁਕਾ ਕੇ ਕਾਨੂੰਨ ਰੱਦ ਕਰਾ ਕੇ ਰਵਾਂਗੇ ਅਸੀਂ। ਪਿੰਡ ਕਿਹੜਾ ਜੀ ਆਪਣਾ? ਸੂਰਵਿੰਡ ਜੀ। ਕੀ ਮੈਸੇਜ ਦੇਣਾ ਚਾਹੋਗੇ ਕਿਸਾਨਾਂ ਨੂੰ? ਕਿਸਾਨਾਂ ਨੂੰ ਇਹੋ ਮੈਸੇਜ ਆ ਵੀ ਤਕੜੇ ਹੋ ਜਾਓ, ਆਪਾਂ ਨੇ ਜਿਹੜੇ ਕਾਲੇ ਕਾਨੂੰਨ ਆਪਣੇ 'ਤੇ ਠੋਪੇ ਆ ਇਹਨਾਂ ਨੂੰ ਆਪਾਂ ਰੱਦ ਕਰਾਉਣਾ। ਸੋ ਕਿਸਾਨ ਸਾਡੇ ਨਾਲ ਜੁੜੇ ਹੋਈਆਂ ਨਾਲ ਗੱਲਬਾਤ ਕਰਾਂਗੇ ਜੀ। ਅੱਜ ਦੀ ਜਿਹੜੀ ਰੈਲੀ ਆ ਇਹਦਾ ਮੋਟਿਵ ਕੀ ਆ? ਇਹਦਾ ਮੋਟਿਵ ਜੀ ਇਹ ਆਪਦੀ ਤਾਕਤ ਵਿਖਾਉਣਾ ਹੈ, ਔਰ ਇਹ ਦਰਸਾਉਣਾ ਹੈ ਕਿ ਮਾਝੇ ਦੀ ਧਰਤੀ 'ਤੇ ਅੱਗੇ 2-3 ਰੈਲੀਆਂ ਜਿਹੜੀਆਂ ਅਕਾਲੀ ਦਲ ਨੇ ਕੀਤੀ ਆ, ਕਾਂਗਰਸ ਨੇ ਕੀਤੀ ਆ। ਸਾਡਾ ਇਹ ਮਕਸਦ ਸੀ ਕਿਸਾਨ ਆਗੂਆਂ ਦਾ, ਕਿਸਾਨਾਂ ਦਾ, ਉਹ ਸਾਰੇ ਨੌਜਵਾਨਾਂ ਦਾ, ਕਿ ਆਪਦੀ ਸ਼ਕਤੀ ਜਿਹੜੀ ਆ ਉਹ ਵੀ ਅਸੀਂ ਪ੍ਰਦਰਸ਼ਨ ਕਰਾਂਗੇ, ਔਰ ਲੋਕਾਂ ਨੂੰ ਜਾਗਰੂਕ ਕਰਕੇ ਜਿਹੜਾ ਦਿੱਲੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਰੱਖਿਆ। ਵੀਰ ਜੀ, ਦੇਖਣ ਨੂੰ ਮਿਲਿਆ ਵੀ ਭਾਜਪਾ ਆਗੂ ਇੱਕ ਹਰਮਿੰਦਰ ਸਿੰਘ ਕੱਲ੍ਹੋਂ ਉਹਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਵੀ ਜੇਕਰ ਮੋਦੀ ਦੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਕਿਸਾਨਾਂ ਨੂੰ ਡੰਡੇ ਮਾਰ ਕੇ ਕੁੱਟ ਕੁੱਟ ਕੇ ਜੇਲ੍ਹਾਂ 'ਚ ਬੰਦ ਕਰ ਦੇਣਾ, ਕਿਸ ਤਰ੍ਹਾਂ ਦੇਖਦੇ ਜੋ? ਉਹਨੇ ਸਾਰਾ ਕੁਝ ਕਰ ਹੀ ਲਿਆ, ਮੋਦੀ ਨੇ ਕਰਨਾਲ ਡੰਡੇ ਮਾਰ ਕੇ ਹਰਿਆਣੇ ਦੇ ਵਿੱਚ ਲਾਠੀਚਾਰਜ ਕਰਕੇ ਵੇਖ ਲਿਆ, ਫਿਰ ਗੋਡੇ ਕਿਹਨੂੰ ਟੇਕਣੇ ਪਏ ਆ? ਇਹ ਸਰਕਾਰ ਬੇਸ਼ੱਕ ਮੋਦੀ ਜਿਹੜਾ ਹੈ ਉਹ ਲਾਠੀਚਾਰਜ ਕਰਕੇ ਉਹਨੇ ਕੋਈ ਕਸਰ ਨਹੀਂ ਛੱਡੀ, ਦੋਵਾਂ ਥਾਵਾਂ 'ਤੇ ਨਾ ਮੋਗੇ ਕਸਰ ਛੱਡੀ ਆ, ਨਾ ਹਰਿਆਣੇ ਦੇ ਟੋਲ ਪਲਾਜ਼ੇ ਦੇ ਕਸਰ ਛੱਡੀ ਆ, ਪਰ ਝੁਕਣਾ ਕਿਹਨੂੰ ਪਿਆ? ਸਰਕਾਰ ਨੂੰ ਝੁਕਣਾ ਪਿਆ, ਮੁਆਵਜ਼ਾ ਦੇਣਾ ਪਿਆ, ਨੌਕਰੀਆਂ ਦੇਣੀਆਂ ਪਈਆਂ, ਮਾਫ਼ੀ ਮੰਗਣੀ ਪਈ, ਨਗਵਾਰੀ ਲਾਉਣੀ ਪਈ, ਅਤੇ ਸਰਕਾਰ ਦਾ ਲਾਠੀਚਾਰਜ ਕਰਕੇ ਵੇਖ ਲੈ, ਸਾਨੂੰ ਕਿਸੇ ਲਾਠੀਚਾਰਜ ਦਾ ਕੋਈ ਖਤਰਾ ਨਹੀਂ, ਨਾ ਡਰ, ਨਾ ਭੈ, ਨਾ ਕੋਈ ਟੈਨਸ਼ਨ, ਅਸੀਂ ਸੰਘਰਸ਼ ਜਾਰੀ ਰੱਖਾਂਗੇ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋ? ਨੌਜਵਾਨ ਪੀੜ੍ਹੀ ਆ ਜਿਹੜੀ ਆ, ਵੇਖੋ ਇਹ ਕਈ ਕਿਸਮ ਦੇ ਭਰਮ ਭੁਲੇਖੇ ਜਿਹੜੇ ਮੀਡੀਆ ਦੇ ਉੱਤੇ ਜਿਹੜੇ ਸਰਕਾਰੀ ਸੈੱਲ ਹੁੰਦੇ ਨੇ ਇਹ ਫੈਲਾਉਂਦੇ ਨੇ ਵੀ ਨੌਜਵਾਨ ਆਏ ਆ, ਨੌਜਵਾਨ ਜੋ ਆ, ਜਿਵੇਂ ਕਿ ਜਿਵੇਂ ਨੌਜਵਾਨਾਂ ਦੇ ਅਤੇ ਬਜ਼ੁਰਗਾਂ ਦੇ ਵਿੱਚ ਕੋਈ ਪਾੜਾ ਪਿਆ ਹੁੰਦਾ, ਪਰ ਨੌਜਵਾਨ ਜਿਹੜੇ ਨੇ ਉਹਨਾਂ ਬਜ਼ੁਰਗਾਂ ਦੇ ਪੁੱਤ ਜਾਂ ਪੋਤਰੇ ਨੇ, ਪਾੜਾ ਕਿਵੇਂ ਆ? ਨੌਜਵਾਨ ਅਤੇ ਬਜ਼ੁਰਗ ਜਿਹੜੇ ਸਾਰੇ ਇਕੱਠੇ ਨੇ, ਇੱਕੋ ਹੀ ਸੰਘਰਸ਼ ਆ, ਅਤੇ ਬਜ਼ੁਰਗਾਂ ਦਾ ਵੀ ਇਹੋ ਹੀ ਇਰਾਦਾ ਹੈ ਵੀ ਇਹ ਸੰਘਰਸ਼ ਜਿੱਤਣਾ, ਅਤੇ ਨੌਜਵਾਨਾਂ ਦਾ ਵੀ ਆ, ਜਿੰਨਾ ਚਿਰ ਨੌਜਵਾਨ ਇਸ ਮੋਰਚੇ ਦੇ ਨਾਲ ਡਟੇ ਨੇ ਔਰ ਡਟੇ ਰਹਿਣਗੇ, ਮੋਰਚਾ ਜਿਹੜਾ ਜਿੱਤ ਦੇ ਨੇੜੇ ਪਹੁੰਚ ਗਿਆ। ਕਈਆਂ ਪਿੰਡਾਂ ਦੇ ਵਿੱਚ ਸਿਆਸੀ ਬਾਈਕਾਟ ਕੀਤਾ ਗਿਆ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਿਆਸੀ ਬਾਈਕਾਟ ਜਿਹੜਾ ਵੇਖੋ ਤਾਂ ਲੋਕ ਜਿਹੜੇ ਨੇ ਅੱਕ ਚੁੱਕੇ ਆ, ਪਿਛਲੇ ਸਿਸਟਮ ਤੋਂ ਲੋਕ ਅੱਕ ਚੁੱਕੇ ਨੇ, ਔਰ ਲੋਕਾਂ ਦੇ ਅੱਕੇ ਹੋਣ ਦਾ ਜਿਹੜਾ ਲੋਕਾਂ ਦੇ ਮਤਲਬ ਜਿਹੜਾ ਉਹਨਾਂ ਦਾ ਵਿਦਰੋਹ ਆ ਉਹ ਫੁੱਟਦਾ ਹੈ, ਕਿਉਂਕਿ ਹੁਣ ਤੱਕ ਲੋਕਾਂ ਨੇ ਲੋਕਾਂ ਨੂੰ ਜੋ ਸੁੱਖ ਸਹੂਲਤਾਂ ਜੋ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਸੀ ਇਹਨਾਂ ਸਿਆਸੀ ਪਾਰਟੀਆਂ ਨਹੀਂ ਕੀਤੀ। ਵੇਖੋ ਹੁਣ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਆਪੋਜੀਸ਼ਨ ਪਾਰਟੀ ਨੇ ਇਹਦਾ ਮੁੱਦਾ ਉਠਾਇਆ? ਜਦੋਂ ਕਿਸਾਨ ਉੱਠੇ ਨੇ ਆਪਣੇ ਹੱਕਾਂ ਵਾਸਤੇ, ਫਿਰ ਆਪੋਜੀਸ਼ਨ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਫਿਰ ਮਾੜਾ ਮੋੜ ਕੀਤਾ ਉਹਨਾਂ, ਉਹ ਵੀ ਸਿਰਫ ਵਿਖਾਵੇ ਮਾਤਰ ਆ, ਅਤੇ ਲੋਕ ਇਸ ਕਰਕੇ ਉਹਨਾਂ ਪਾਰਟੀਆਂ ਨੂੰ ਪੈਂਦੇ ਨੇ, ਉਹਨਾਂ ਦੇ ਵਿਰੁੱਧ ਬੋਲਦੇ ਨੇ, ਤਾਂ ਕਿ ਇਹਨਾਂ ਪਾਰਟੀਆਂ ਨੇ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ। ਅੱਜ ਮਾਝੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਆ ਦਾਣਾ ਮੰਡੀ ਅਮਰਕੋਟ ਦੇ ਵਿੱਚ, ਕਿਸ ਤਰ੍ਹਾਂ ਦਾ ਸਮਰਥਨ ਜਿਹੜਾ ਤੁਹਾਨੂੰ ਮਿਲ ਰਿਹਾ ਪਿੰਡਾਂ ਦਾ? ਵੇਖੋ ਜੀ, ਸਾਡੇ ਪਿੰਡ 'ਚੋਂ ਘੱਟੋ ਘੱਟ 1000 ਬੰਦਾ ਇਸ ਰੈਲੀ ਦੇ ਵਿੱਚ ਆਇਆ, ਠੀਕ ਆ, ਇਹ ਸਮਰਥਨ ਦੀ ਤੁਹਾਨੂੰ ਮੂੰਹ ਬੋਲ ਦੀ ਤਸਵੀਰ ਆ, ਔਰ ਜਿਹੜਾ ਜਨ ਸਲਾਬ ਆ ਇਹ ਆਪਦੀ ਸ਼ਕਤੀ ਪ੍ਰਦਰਸ਼ਨ ਆ, ਇਹ ਪਤਾ ਲੱਗਦਾ ਇਹ ਲੋਕਾਂ ਦੇ ਸਮੂਹ ਤੋਂ ਹੀ ਪਤਾ ਲੱਗਦਾ ਵੀ ਇਹਨੂੰ ਕਿੰਨਾ ਸਮਰਥਨ ਆ। ਤੁਹਾਨੂੰ ਲੱਗਦਾ ਹੈ ਵੀ ਇਸ ਰੈਲੀ ਦੇ ਨਾਲ ਕੋਈ ਮੋਦੀ ਸਰਕਾਰ 'ਤੇ ਪ੍ਰੈਸ਼ਰ ਪਵੇਗਾ? ਪ੍ਰੈਸ਼ਰ ਮੋਦੀ ਸਰਕਾਰ 'ਤੇ ਪ੍ਰੈਸ਼ਰ ਵੀ ਪਵੇਗਾ, ਅਤੇ ਲੋਕਾਂ ਦੇ ਵਿੱਚ ਜਿਹੜੀ ਹੋਰ ਜਿਹੜੀ ਆ ਮਜ਼ਬੂਤੀ ਆ ਔਰ ਜੋਸ਼ ਹਿੰਮਤ ਆ ਉਹ ਪੈਦਾ ਹੁੰਦੀ ਆ, ਜਿਹੜੇ ਲੋਕ ਅਜੇ ਤੱਕ ਇਸ ਸੰਘਰਸ਼ ਤੋਂ ਥੋੜ੍ਹੇ ਬਹੁਤ ਅਜੇ ਦੂਰ ਸੀ ਉਹ ਵੀ ਇਸ ਮੋਰਚੇ ਨਾਲ ਹੋਰ ਜੁੜਨਗੇ।
सो साढ़े नाल कामरेड साहब मौजूद ने उन्हां नाल गलबात करांगे। कामरेड साहब अज किसानां वल्लों एक वड्डे पद्धर ते रैली की जा रही है, रैली का की मोटिव आ, की तुहानूं लगदा है कि इस रैली दे नाल जिहड़ी आ मोदी सरकार झुकेगी? रैली का यह मतलब आ भी रैली जी इस करके कर रहे हैं भी इन्हू सरकार पता लग जाए कि किसान जोड़े आ माझ के भी पूरे तैयार ने जोड़े तीन कानून बनाए हैं मोदी सरकार ने काले कानून बनाए हैं उन्होंने खिलाफ साड़ी लड़ाई आ उन्होंने खिलाफ जोड़ा ये किसान लड़ता रहेगा सदा लड़ता रहेगा। एक जोड़ा भाजपा के शामिल आया हरिंदर सिंह की ना वह हरचरण सिंह उन्हें आख्या वा भी जे मैं मोदी की जगह हों तो मैं किसानों डांगा मार के तो इतों भजा दिता तो उन्होंने गिरफ्तार कर लेंदा वो वास्ते ठीक नहीं आज ए बयान देने सिखा वास्ते सिख नहीं वह गदार आ वो किसान नहीं आ गदार है गदार। 9 महीने तो ज़्यादा हो गया दिल्ली के बैठिया किसानों लेकिन सरकार झुकन तैयार नहीं आ किस तरह देखते जो ये 9 महीने की बजाय भावें बेशक जिन्ना चिर मर्जी लग जाए हो जाए पर यह मोदी सरकार को गोडे टेकने पैणगे जिन्ना चिर तक ये साड़िया मंगा जड़िया मनिया नहीं जांदियां उन्ना चिर तक दिल्ली के किसान जिहड़े ओह दिल्ली तो वापस नहीं आउणगे वो सारे ये आप दियां मंगा जिहड़ियां लैके फिर ही वापस आ। कामरेड साहब की मैसेज देना चाहोगे नौजवानों नूं जां जिहड़े घरे बैठे आ? मैं ये मैसेज देना चाहुंदा वां कि जिहड़ियां ये सरकारां है जिहड़े कानून बनाउंदियां ने ये कानून जिहड़े जिन्ना चिर तक लोगों के फायदे च ना हो हक च ना हो जो किसानों के खिलाफ कानून बनाए हैं ये सब सरकार ने बनाए हैं तो सारे नौजवान साथी के किसान वीर मैं ये आखना चाहूँगा कि तुसी जिथे भी किसानों का संघर्ष हो उत्थे वध तो वध जाया करो। सो किसान आगू होर भी मौजूद ने सर अज रैली दे विच पहुंचे जो की मोटिव है तुहाडा इस रैली दे विच आउण दा? साडा मकसद इहो ही आ जी कानून रद्द कराउणे आ सरकार नूं विरोध करके विखाउण दे आ वी कोरोना दे बरखलाफ आ ते लोकां दा कट करके जिन्ना कट वड्डा होऊ उन्ना साडा विरोध जिहड़ा ज़्यादा सरकार नूं इहो विखाउणा चाहुंदे आ वी कानून रद्द करदे सानूं ना कोरोना दी लोड़ नहीं जिहड़े साडे ते बहुत वधिया थोपी जाणा यार जो सानूं लोड़ ही नहीं किसे चीज़ की अहीं मंगदे ही नहीं ना तो क्यों कि आपां नूं लोड़ नहीं तो क्यों किसनूं देनी चीज़ क्योंकि सानूं नहीं लोड़ तो अहीं ने भी सानूं कानूनां तरह की नहीं लोड़ सानूं ये जिहड़ी सहूलत नहीं चाहिए इहनूं वापस ले लो। की तुहानूं लगदा है कि ये जिहड़ियां रैलियां कीतियां जा रहियां किसानां वल्लों इहनां दे नाल जिहड़ा सरकार झुकेगी? झुकेगी झुकेगी क्यों नहीं झुका गए छड्डांगे 26 जनवरी उत्थे गए हैं दिल्ली दिल्ली आया मैं ਇਹਦੀਆਂ ਨਾਸਾਂ ਦਮ ਕੀਤਾ ਜਾਂ ਕਿਤੇ ਗੋਡਾ ਰੱਖਿਆ ਇਸ ਤਰ੍ਹਾਂ ਰੱਖ ਕੇ ਰੱਖਣਾ ਜਿੰਨਾ ਚਿਰ ਰੱਦ ਨਹੀਂ ਕਰਦਾ। ਕਿਸ ਤਰ੍ਹਾਂ ਦੇਖਦੇ ਜੀ ਅੱਜ ਜਿਹੜੀ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੈਲੀ ਕੀਤੀ ਜਾ ਰਹੀ ਆ ਗੁਰਨਾਮ ਚੜੂਣੀ ਜੀ ਪਹੁੰਚੇ ਹੋਏ ਨੇ ਲੱਖਾਂ ਸਧਾਣਾ ਜੀ ਪਹੁੰਚ ਰਹੇ ਨੇ ਕੀ ਲੱਗਦਾ ਹੈ ਵੀ ਇਸ ਰੈਲੀ ਦੇ ਨਾਲ ਸਰਕਾਰ ਝੁਕੇਗੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਪਿੰਡ ਭਗਵਾਨਪੁਰਾ ਤੋਂ ਬੀਕੇ ਜੂ ਗ੍ਰਾਂ ਦਾ ਕਮੇਟੀ ਦਾ ਪ੍ਰਧਾਨ ਇਕਾਈ ਦਾ ये जड़ियाँ साड़ियाँ रैलियाँ चल रही ने ना इन्हों मोदी ने झुकना है। लखा सधाणा बहुत चंगा बंदा है बहुत चंगा योधा है बाकी जिहड़ा गुरनाम सिंह चनूणी आ ये हरियाणे का बहुत वड्डा आगू आ साडा बहुत सच्चा सुच्चा आ जो भी सानू ये वचन करनगे सानू सेध देणगे उस अंदोलन ते असीं चलांगे इस अंदोलन असीं जित के ही वापस मुड़ांगे ये साड़ी मौत दा ते जिंदगी दा सवाल आ जे असीं इत्थों हरदे आ ते साड़ी मौत आ जे जिते आ ते साड़ियां सारियां जमीनां साडे भरा सारे किरती जिहड़े आ जूदे रहणगे नहीं ते इहनां दा मोदी ने खात्मा कर देना। ऐ 7 तरीक तक 7वें महीने दी तक 5 महीनां दे विच मोदी ने 4 लाख करोड़ पेट्रोल दा ते डीजल दा इहने कमाया जो जनता दी जेब दे विचों गया आ। ये अंग्रेज असा कढ़े आ ते काले अंग्रेज सानू आ गए आ जो साडे देश नू लुट के खा गए आ जिन्ना चिर इन्हां दीआं अहीं जड़ां नहीं लाउंदे ये भारतीय जनता पार्टी नू पासे नहीं करदे उन्ना चिर साडा देश नहीं बच सकदा। वाहिगुरू जी का खालसा वाहिगुरू जी की फतह। सो ये सन किसान आगू जिन्हां वल्लों लगातार मोदी सरकार दा जिहड़ा विरोध आ उह जारी आ ते किसानां वल्लों कहा जा रहा भी जिन्ना चिर सरकार नहीं झुकदी उन्ना चिर ये विरोध जिहड़ा उह लगातार ही जारी रहेगा। अमरकोट तो कैमरामैन लखविंदर सिंह गोलन नाल रिंपल गोलन स्काई न्यूज़ पंजाब।